सब्सक्राइब करो NC7 न्यूज नू ते लेटेस्ट अपडेट पाउन ले प्रेस करो बेल आइकन। इस वेले दी वड्डी ते अहम खबर, मामला बीती देर रात दा है। जलंधर दे टैगोर नगर च देर रात रेड करन लई पहुंचे थाना 5 दे SHO रविंदर कुमार दा कुछ कांग्रेसी नेतावां दे वल्लों घिराओ कर लिया गया। SHO दी गड्डी घेरी गई, फिर धक्केशाही ते लगाए आरोप ते दे दिता धरना। मौके ते काफी हंगामा होया ते ACP वेस्ट बलजिंदर सिंह मौके ते पहुंचे। फिलहाल धरनाकारी कांग्रेसियां ते पुलिस विचकार गलबात कीती जा रही है। ਉਹਦੇ ਘਰ ਵੜ ਕੇ ਉਹਨੂੰ ਕੁੱਟ ਕੇ ਗਏ ਸੀਗੇ ਕੁਛ ਬੰਦੇ। ਉਹਦੇ ਰਿਗਾਰਡਿੰਗ ਅਸੀਂ ਕੰਪਲੇਂਟ ਕੀਤੀ ਸੀਗੀ ਅਤੇ ਅੱਜ ਕੋਈ SHO ਵੱਲੋਂ ਸਾਨੂੰ ਕੋਈ ਫੀਡਬੈਕ ਨਹੀਂ ਮਿਲ ਰਿਹਾ ਸੀਗਾ। ਉਹਨੇ ਸਾਡੇ ਘਰ ਰੇਡ ਕੀਤੀ, ਬਲਕਿ ਸਾਨੂੰ ਹੀ ਬੰਦੇ ਨੂੰ ਕੁੱਟ ਕੇ ਗਏ ਅਤੇ ਸਾਡੇ ਹੀ ਬੰਦੇ ਦੇ ਘਰ ਰੇਡ ਕਰਦਾ ਪਿਆ ਸੀਗਾ। ਉਹਦੇ ਮਸਲੇ 'ਚ ਸਾਡੀ ਥੋੜ੍ਹੀ ਸਰ ਕੌਣ ਬੰਦੇ ਜਿਨ੍ਹਾਂ ਨਾਲ ਹੋਇਆ ਜਾਂ ਝਗੜਾ? ਹਾਂਜੀ ਸਰ, ਕੌਣ ਜਿਨ੍ਹਾਂ ਨਾਲ ਝਗੜਾ ਹੋਇਆ? ਰਣਜੀਤ ਸਿੰਘ ਜੀ ਬਹੁਤ ਚੰਗੀ ਤਰ੍ਹਾਂ ਦੱਸ ਪਾਣਗੇ ਮੈਨੂੰ ਉਹਦਾ ਸਾਰਾ। ਸਰ ਏਰੀਆ ਕਿਹੜਾ ਪੈਂਦਾ ਜੀ? ਏਰੀਆ ਠੀਕ ਹੈ। ਇਸ ਤਰ੍ਹਾਂ ਹੈ ਜੀ, ਰਾਤੀ ਕੋਈ ਤਕਰੀਬਨ 10:30-11 ਵਜੇ ਸਾਡਾ ਇੱਕ ਵਾਈਸ ਪ੍ਰੈਜੀਡੈਂਟ ਯੂਥ ਕਾਂਗਰਸ ਦਾ ਹਰਮੀਤ ਸਿੰਘ, ਉਹ ਰਾਤੀ ਸੈਰ ਕਰ ਰਹੇ ਸੀ ਅਤੇ ਟੈਗੋਰ ਨਗਰ ਦੇ ਕੁਛ ਬੰਦਿਆਂ ਨੇ ਉਹ 2-3 ਮੁੰਡਿਆਂ 'ਤੇ ਹਮਲਾ ਕਰ ਦਿੱਤਾ। ਉਸ ਸੰਬੰਧ ਦੇ ਵਿੱਚ ਅਸੀਂ ਵੀ ਦਰਖਾਸਤ ਦਿੱਤੀ ਸੀ ਅਤੇ ਦੂਸਰੀ ਪਾਰਟੀ ਨੇ ਵੀ ਦਿੱਤੀ ਸੀ, ਜਦਕਿ ਦੂਸਰੀ ਪਾਰਟੀ ਨੇ ਜਿਹੜੀ ਦਰਖਾਸਤ ਦਿੱਤੀ ਸੀ ਬਿਲਕੁਲ ਝੂਠੀ ਸੀ। ਜਿਸ 'ਤੇ SHO ਨੇ ਕਾਰਵਾਈ ਕਰਕੇ ਸਾਡੇ ਪ੍ਰਧਾਨ ਦੇ ਘਰ ਆਣ ਕੇ ਰੇਡ ਕੀਤੀ ਔਰ ਉਸ ਵਿੱਚ ਥੋੜ੍ਹੀ ਜਿਹੀ ਮਿਸ ਅੰਡਰਸਟੈਂਡਿੰਗ ਹੋਣ ਕਰਕੇ ਉੱਥੇ ਗਰਮਾ ਗਰਮੀ ਦਾ ਮਾਹੌਲ ਬਣ ਗਿਆ। ਉਦੋਂ ਕਹਿੰਦਾ ਹੈਗਾ ਇਹ ਦੱਸਦਾ ਉਹ ਵੈਪਨ ਹੈਗਾ, ਉਹਨੂੰ ਚੈੱਕ ਕਰ ਲੈਂਦੇ ਹਾਂ ਜੀ। ਲਾਇਆ ਸੱਟਾਂ ਵੀ ਲੱਗੀਆਂ ਇੱਕ ਪਿੰਟੂ 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 ਮੈਂ ਬੋਲੀਆਂ ਜੀ।